ਹੈਲੋ ਗਾਇਸ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਰਿਐਕਟ ਹਬ। ਜੇ ਹੋ ਗਏ ਟਾਕਰੇ ਆ ਸਿੱਧੀਆਂ ਮੱਥੇ ਨੂੰ ਆਉਣਗੀਆਂ, ਸਾਡੇ ਵਾਰੀ ਛੁੱਟ ਟੋਕਾਂ ਤੇ ਸਾਡੇ ਕੋਲੇ ਸਿੱਕਦੇ ਨੇ, ਅੱਜ ਵੀ ਜੇ ਕੋਈ ਪਿਓ ਪੁੱਛਦਾ ਤਾਂ ਨਾ ਸਿੱਧੂ ਦਾ ਲਿਖਦੇ। ਕਈ ਨਵੇਂ ਬਣੇ ਵੈਰੀ ਮੂੰਹ ਬੋਲੇ ਯਾਰ ਨੇ, ਗੇਮ ਕਿਸ ਦਾ ਤੇ ਕੀਦੀ ਕਦੋਂ ਗੇਮ ਹੋ ਜੂ, ਫਾਇਦਾ ਕਿਸ ਦਾ ਤੇ ਹੋਰ ਕੋਈ ਬੋਲੇ। ਗੈਸ ਹੂ ਇਜ਼ ਬੈਕ। ਰੀਟਵੀਟ ਜ਼ਰੂਰ ਕਰਿਆ ਕਰੋ, ਹੈਸ਼ਟੈਗ ਨੂੰ ਟ੍ਰੈਂਡਿੰਗ ਦੇ ਵਿੱਚ ਲੈ ਕੇ ਆਉਣ ਲਈ ਆਪਣੇ ਨਾਲ ਭੈਣ ਭਰਾਵਾਂ ਤੇ ਫਰੈਂਡ ਸਰਕਲ ਨੂੰ ਵੀ ਗਾਈਡ ਕਰੋ ਕਿੱਦਾਂ ਟਵਿੱਟਰ ਐਪ ਦੇ ਉੱਤੇ ਅਕਾਊਂਟ ਬਣਾਉਣਾ ਤੇ ਕਿੱਦਾਂ ਹੈਸ਼ਟੈਗ ਯੂਜ਼ ਕਰਨਾ। ਸੋ ਬਾਕੀ ਜਿਹੜੀ ਅੱਜ ਦੀ ਵੀਡੀਓ ਆ ਸਾਲ, ਅੱਜ ਦੀ ਵੀਡੀਓ ਆ ਸਿੱਧੂ ਮੂਸੇ ਵਾਲਾ ਡ੍ਰਿਪੀ ਸੌਂਗ ਰਿਪਲਾਈ ਫੋਰ ਕੁਐਸਚਨ ਮਾਰਕ ਏਆਰ ਪੈਸਲੇ ਮਰਸੀ ਸੌਂਗ ਐਕਸਪਲੇਨਡ। ਗਾਣੇ ਦੇ ਵਿੱਚ ਰਿਪਲਾਈ ਦਿੱਤੇ ਗਏ ਆ, ਕਿਹਨਾਂ ਨੂੰ ਦਿੱਤੇ ਗਏ ਆ, ਆਪਾਂ ਜੇ ਇਹ ਚੀਜ਼ਾਂ ਨਹੀਂ ਫੜੀਆਂ ਤਾਂ ਬਾਈ ਨੇ ਫੜੀਆਂ ਹੋਣੀਆਂ, ਮੇ ਬੀ ਤਾਂ ਹੀ ਬਾਈ ਨੇ ਵੀਡੀਓ ਬਣਾਈ ਹੈ ਸਪੈਸ਼ਲ, ਹੈ ਨਾ। ਸੋ ਚਲੋ ਬਾਕੀ ਬਾਤਾਂ ਵੀਡੀਓ ਵੱਲ, ਸਟੇ ਟਿਊਨ, ਕਰਦੇ ਸ਼ੁਰੂ, ਲੈਟਸ ਸੀ। ਤੇ ਕਿੱਦਾਂ ਦੋਸਤੋ, ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਗੇ। ਅੱਜ ਆਪਾਂ ਕਰਨ ਜਾ ਰਹੇ ਸਿੱਧੂ ਮੂਸੇਵਾਲੇ ਬਾਈ ਦੇ ਨਵੇਂ ਸੌਂਗ ਬੇਬੀ ਦਾ ਰਿਵਿਊ। ਸੌਂਗ ਨੂੰ ਫੁੱਲੀ ਐਕਸਪਲੇਨ ਕਰ ਲਾਂਗੇ, ਉਹਦੇ ਲਿਰਿਕਸ ਦਾ ਬ੍ਰੇਕ ਡਾਊਨ ਕਰ ਲਾਂਗੇ, ਮਿਊਜ਼ਿਕ ਦੀ ਵਾਈਬ ਤੇ ਸਿੱਧੂ ਮੂਸੇਵਾਲੇ ਬਾਈ ਨੇ ਕਿੰਨਾ ਕਿੰਨਾ ਨੂੰ ਇਹਦੇ 'ਚ ਰਿਪਲਾਈ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਡਿਸਕਸ ਕਰ ਲਾਂਗੇ। ਅਤੇ ਜਿਵੇਂ ਕਿ ਚਿਹਰੇ ਤੋਂ ਖੁਸ਼ੀ ਦਾ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਸਿੱਧੂ ਫੈਨਸ ਨੂੰ ਕੱਲ੍ਹ ਰਾਤ ਦੀ ਬਹੁਤ ਖੁਸ਼ੀ ਹੈ, ਕਿਉਂਕਿ ਕੱਲ੍ਹ ਰਾਤ ਦਾ ਸਿੱਧੂ ਮੂਸੇਵਾਲੇ ਬਾਈ ਦਾ ਡ੍ਰਿਪੀ ਸੌਂਗ ਪ੍ਰੀਮੀਅਰ ਤੇ ਰਾਤ ਆ ਗਿਆ ਸੀ। ਪਰ ਜਿਹੜੇ ਰਾਤੀ ਜਲਦੀ ਸੌ ਗਏ, ਸੁਬਾਹ ਉੱਠੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੋਣਾ, ਅਚਾਨਕ ਵੇਖਾ ਹੋਣਾ, ਤਾਂ ਉਹ ਤਾਂ ਪੂਰੀ ਸਰਪ੍ਰਾਈਜ਼ ਹੋ ਗਿਆ ਉਹਨਾਂ ਨੂੰ, ਕਿਉਂਕਿ ਇਹ ਬਹੁਤ ਹੀ ਅਨਐਕਸਪੈਕਟਡ ਰਿਲੀਜ਼ ਕੀਤੀ ਗਈ ਹੈ। ਦੱਸ ਤੇ ਕੋਈ ਹੱਲ ਵੇ ਬੱਸੋਂ ਬਾਰੇ ਗੱਲ ਵੇ, 2024 ਇਜ਼ ਨਾਟ ਕਮਿੰਗ ਸੋ ਮੈਨ, ਕਿਉਂਕਿ ਜਨਵਰੀ ਦੇ ਵਿੱਚ ਸ਼ੁਭਾਈ ਨੇ ਸਰਪ੍ਰਾਈਜ਼ ਨੂੰ ਹੀ ਆਦੀ ਰੀਵਾਈਪੀ ਡ੍ਰੌਪ ਕਰਤੀ। ਹੱਥ ਫੇਰ ਸਿਰ ਤੇ ਬਿਠਾਏ ਵੈਲੀ ਨੇ, ਉਸ ਪਾਸੇ ਦੂਸਰੇ ਬਾਈ ਦੇ ਤੁਹਾਨੂੰ ਇਹ ਸਰਪ੍ਰਾਈਜ਼ ਡ੍ਰੌਪ ਵੇਖਣ ਨੂੰ ਮਿਲਿਆ ਦੂਜੇ ਮਹੀਨੇ। ਜੱਟਾ ਵੇ ਜੱਟਾ ਕਿਵੇਂ ਆ, ਕੀ ਕਰਦਾ ਹੈ ਕੱਲਾ ਵਿੱਚ। ਪਹਿਲਾ ਮਹੀਨਾ ਵੀ ਚੰਗਾ ਗੁਜ਼ਰਾ, ਦੂਸਰਾ ਮਹੀਨਾ ਵੀ ਸੋ ਫਾਰ ਇਜ਼ ਗੁੱਡ, ਬਹੁਤ ਹੀ ਘੈਂਟ ਹੈ, ਕਿਉਂਕਿ ਯਾਰ ਤੁਹਾਨੂੰ ਪਤਾ ਹੈ ਜਦੋਂ ਇਵੇਂ ਦੇ ਪ੍ਰੋਜੈਕਟ ਸਰਪ੍ਰਾਈਜ਼ਿੰਗਲੀ ਡ੍ਰੌਪ ਹੁੰਦੇ ਨੇ ਤਾਂ ਫੈਨਸ ਦੇ ਅੰਦਰੋਂ ਜਿਹੜੀ ਖੁਸ਼ੀ ਆਉਂਦੀ ਉਹਨੂੰ ਕੋਈ ਵੀ ਬੰਦਾ ਮੈਜ਼ਰ ਨਹੀਂ ਕਰ ਸਕਦਾ। ਇਤਨੀ ਖੁਸ਼ੀ, ਇਤਨੀ ਖੁਸ਼ੀ, ਦਿਮਾਗ 'ਚ ਤਿੱਲੀ ਮੇਰੇ ਧੋਖਾ ਆ। ਸੋ ਸਭ ਨਾਲ ਪਹਿਲਾਂ ਆਪਾਂ ਗੱਲ ਕਰ ਲੈਂਦੇ ਉਹਨਾਂ ਆਰਟਿਸਟਾਂ ਦੇ ਬਾਰੇ ਜਿਹੜੇ ਆਪਦੇ ਪ੍ਰੋਜੈਕਟ ਦੀ ਹਾਈਪ ਕ੍ਰੀਏਟ ਕਰਦੇ ਨੇ, ਕਹਿੰਦੇ ਨੇ ਕਿ 2024 ਇਜ਼ ਮਾਈਨ, ਬਲਾ ਬਲਾ ਬਲਾ, ਐਵੇਂ ਦੀਆਂ ਗੱਲਾਂ ਕਰਦੇ ਨੇ। ਉਸ ਹਿਸਾਬ ਨਾਲ ਸਿੱਧੂ ਮੂਸੇਵਾਲੇ ਬਾਈ ਨੇ ਤਾਂ ਆਪਦੀ ਲੈਗੇਸੀ ਨੂੰ ਮੇਨਟੇਨ ਕਰਦਿਆਂ ਅਚਾਨਕ ਜਿਵੇਂ ਨੋਨ MEP ਸਰਪ੍ਰਾਈਜ਼ਿੰਗਲੀ ਡ੍ਰੌਪ ਕੀਤੀ ਸੀ, ਉਸ ਤੋਂ ਬਾਅਦ ਅੱਜ ARPZ ਦੇ ਨਾਲ ਇੱਕ ਟਰੈਕ ਡ੍ਰੌਪ ਕਰਤੀ ਗਈ ਹੈ। ਤੇ ARPZ ਦੇ ਨਾਲ ਸਿੱਧੂ ਮੂਸੇਵਾਲੇ ਬਾਈ ਨੇ ਪਹਿਲੇ ਲਵ ਸਿੱਕ ਟਰੈਕ ਦੇ ਵਿੱਚ ਨੋਨ MEP ਦੇ ਵਿੱਚ ਕੰਮ ਕੀਤਾ ਹੋਇਆ। ਉਸ ਤੋਂ ਪਹਿਲੇ ਵੀ ਸਿੱਧੂ ਮੂਸੇਵਾਲੇ ਬਾਈ ਨੇ ARPZ ਨੂੰ ਕਈ ਵਾਰੀ ਸਪੋਰਟ ਤੇ ਪ੍ਰੇਜ਼ ਕੀਤਾ ਹੋਇਆ। ARPZ ਲਈ ਮੁੰਡਾ ਤੁਸੀਂ ਸਾਰੇ ਜਾਣਦੇ ਹੋ, ਨੇਰੀ ਠਾਊਗਾ ਮੁੰਡਾ ਆਪਣਾ, ਛੇਤੀ ਆਊਗਾ ਟਾਈਮ ਇਹਦਾ ਵੀ। ਆਈ ਥਿੰਕ ਉਹਨਾਂ ਦੀ ਜਿਹੜੀ ਮੋਸਟ ਸਟੇਪ ਹੈ ਜੀਸ਼ੀ ਟਰੈਕ ਹੈ, ਉਹਦੇ ਵਿੱਚ ਵੀ ਉਹਨਾਂ ਦੀ ਇੱਕ ਐਕਸਟੈਂਡਡ ਵਰਸ ਹੈਗੀ ਸੀ। ਫਸਟ
ਬਸ 30 ਮਿੰਟ ਵਿੱਚ ਗਾਣਾ 6 ਲੱਖ ਵਿਊਜ਼ ਕ੍ਰੋਸ ਕਰ ਗਿਆ ਸੀ। ਅਗਰ ਪ੍ਰੀਮੀਅਰ ਦੇ ਵਿਊਜ਼ ਨੂੰ ਕਾਊਂਟ ਕਰੀਏ ਨਾਲ, ਬਸ 45 ਮਿੰਟਾਂ ਦੀ ਗੱਲ ਕਰ ਲਈਏ, ਉਂਝ ਤਾਂ ਗਾਣੇ ਨੂੰ 5 ਲੱਖ ਪਲੱਸ ਵਿਊਜ਼ ਹੋਏ ਸਨ, ਲੇਕਿਨ ਪ੍ਰੀਮੀਅਰ ਦੇ ਵਿਊਜ਼ ਨੂੰ ਵੀ ਕਾਊਂਟ ਕਰੀਏ ਤਾਂ ਤਕਰੀਬਨ 7 ਲੱਖ ਪਲੱਸ ਵਿਊਜ਼ ਹੋ ਗਏ ਸਨ। ਅਗਰ ਆਪਾਂ ਪਹਿਲੇ ਘੰਟੇ ਦੀ ਗੱਲ ਕਰ ਲਈਏ ਤਾਂ ਸਿੱਧੂ ਮੂਸੇਵਾਲੇ ਬਾਈ ਦੇ ਡ੍ਰਿਪੀ ਸੌਂਗ ਨੂੰ ਪਹਿਲੇ ਘੰਟੇ ਦੇ ਵਿੱਚ ਤਕਰੀਬਨ 580K ਪਲੱਸ ਵਿਊਜ਼, ਪ੍ਰੀਮੀਅਰ ਦੇ ਵੀ ਕਾਊਂਟ ਕਰੇ ਤਾਂ ਤਕਰੀਬਨ 8 ਲੱਖ ਪਲੱਸ ਵਿਊਜ਼ ਹੋ ਗਏ ਸਨ ਪਹਿਲੇ ਘੰਟੇ ਦੇ ਵਿੱਚ, ਤੇ 4 ਲੱਖ ਪਲੱਸ ਉਹਦੇ ਲਾਈਕ ਹੋ ਗਏ ਸਨ। ਕਿਉਂਕਿ ਫੈਨ ਜਿਹੜੇ ਘਰ ਰਾਤ ਦੇ ਸੁੱਤੇ ਨੇ, ਸੁਬਾਹ ਲੇਟ ਉੱਠਦੇ ਨੇ, ਉਹਨਾਂ ਨੂੰ ਤਾਂ ਪਤਾ ਹੀ ਨੀ ਗਾਣਾ ਰਿਲੀਜ਼ ਹੋਇਆ। ਸਿੱਧੂ ਮੂਸੇਵਾਲੇ ਬਾਈ ਦੇ ਅੱਧੇ ਫੈਨਸ ਨੂੰ ਤਾਂ ਪਤਾ ਹੀ ਨਹੀਂ ਸੀ, ਕਿਉਂਕਿ ਇਹਦੀ ਪ੍ਰਮੋਸ਼ਨ ਨਹੀਂ ਕੀਤੀ ਗਈ। ਅਗਰ ਪ੍ਰੋਪਰ ਟੀਜ਼ਰ ਹੁੰਦਾ ਇਸ ਤੋਂ ਪਹਿਲੇ ਤਾਂ ਪੋਸਟਰ ਪਾਇਆ ਜਾਂਦਾ, ਫਿਰ ਲੋਕਾਂ ਨੇ ਉੱਠ ਪੈਣਾ ਸੀ ਤੇ ਗਾਣੇ ਦਾ ਰਿਕਾਰਡ ਹੋਰ ਹੀ ਅਨਦਰ ਲੈਵਲ ਤੇ ਚਲਾ ਜਾਣਾ। ਜਿਵੇਂ ਕਿ ਵਾਚ ਆਊਟ ਸੌਂਗ ਦੀ ਰਿਲੀਜ਼ ਤੇ ਆਪਾਂ ਕੁਝ ਟਾਰਗੇਟ ਸੈੱਟ ਕੀਤੇ ਸਨ ਵੀ ਗਾਣੇ ਨੇ 10 ਮਿੰਟ 'ਚ ਮਿਲੀਅਨ ਪਲੱਸ ਵਿਊਜ਼ ਮਾਰ ਲਏ ਸਨ, ਕੋਈ ਡਿਸਅਪੋਇੰਟਮੈਂਟ ਨਹੀਂ। ਭਾਵੇਂ ਸਡਨ ਰਿਲੀਜ਼ ਕੀਤਾ ਗਿਆ, ਭਾਵੇਂ ਅਨਾਊਂਸਮੈਂਟ ਕਰਕੇ ਕਰਦੇ ਤੇ, ਬਟ ਐਟ ਦੀ ਐਂਡ ਸਿੱਧੂ ਮੂਸੇਵਾਲੇ ਬਾਈ ਦੇ ਗਾਣਾ ਆਪਾਂ ਨੂੰ ਸੁਣਨ ਨੂੰ ਮਿਲਿਆ, ਜੋ ਕਿ ਬਹੁਤ ਹੀ ਅਨਦਰ ਲੈਵਲ ਦੀ એનર્ਜੀ ਤੇ ਵਾਈਬ ਦੇ ਰਿਹਾ ਹੈ। ਲਾਈਫ ਅੱਜ ਕੱਲ ਵੇ ਭਰੋਸਾ ਕੀ ਹੈ ਸਾਰੀ ਦਾ ਚੋਟਾ ਗੱਲ ਕਰਨੀ ਤੇ ਗਾਣੇ ਦਾ 뮤직 ਬਣਾਇਆ ਮਰਸੀ ਨੇ। ਜਿਵੇਂ ਕਿ ਸਿੱਧੂ ਮੂਸੇਵਾਲੇ ਬਾਈ ਦੇ ਡਿਮਾਈਸ ਤੋਂ ਬਾਅਦ ਮਰਸੀ ਦੇ ਨਾਲ ਹੀ ਕਾਫੀ ਸੌਂਗਸ ਆਪਾਂ ਨੂੰ ਵੇਖਣ ਨੂੰ ਮਿਲੇ ਨੇ। ਸਨੈਪੀ ਨਾਲ ਇੱਕ ਆਇਆ ਸੀ, ਮੇਰਾ ਨਾਮ ਸੌਂਗ ਸਟੀਲ ਬੈਂਗਲਸ ਬਾਈ ਦੇ ਨਾਲ ਆਇਆ ਸੀ, ਤੇ ਸਟੀਲ ਬੈਂਗਲਸ ਦੇ ਨਾਲ 2024 ਵਿੱਚ ਵੀ ਆਪਾਂ ਨੂੰ ਅਟੈਚ ਸੌਂਗ ਵੀ ਵੇਖਣ ਨੂੰ ਮਿਲੇਗਾ, ਜਿਹਦੇ ਸਿੱਧੂ ਮੂਸੇਵਾਲੇ ਬਾਈ ਦੀ ਆਫੀਸ਼ੀਅਲ ਵੀਡੀਓ ਹੋਏਗੀ, ਤੇ ਇਹ ਇੱਕ ਸੈਡ ਜਾਂ ਰੋਮਾਂਟਿਕ ਕਾਇੰਡ ਦਾ ਸੌਂਗ ਹੋਏਗਾ। ਡ੍ਰਿਪੀ ਸੌਂਗ ਦੀ ਗੱਲ ਕਰ ਲਈਏ ਤੇ ਮਰਸੀ ਨੇ ਇਹਦੀ ਬੀਟ ਬਣਾਈ, ਤੇ ਇਹਦੀ ਬੀਟ ਯੂਕੇ ਡ੍ਰਿਲ ਟਾਈਪ, ਯਾਨੀ ਕਿ ਕਾਫੀ ਹਾਰਡਕੋਰ ਹਿਪ ਹੌਪ ਟਾਈਪ ਦੀ ਬੀਟ ਹੈਗੀ। ਲੋਕ ਇੰਜੋਏ ਕਰ ਰਹੇ ਨੇ ਕਿਉਂਕਿ ਸਿੱਧੂ ਮੂਸੇਵਾਲੇ ਬਾਈ ਦੇ ਕੈਲੀਬਰ ਦੇ ਵੋਕਲਸ ਦੇ ਮੁਤਾਬਕ ਦੀ ਬੀਟ ਹੈਗੀ ਸੀ। ਸਿੱਧੂ ਮੂਸੇਵਾਲਾ ਹੋਰ ਕੈਟੇਗਰੀ ਦੀਆਂ ਹੋਰ ਪੁਆਇੰਟ ਆਫ ਵਿਊ ਦੇ ਲਿਰਿਕਸ ਵਾਲੀਆਂ ਟਰੈਕਾਂ ਆਪਾਂ ਨੂੰ ਸੁਣਨ ਨੂੰ ਮਿਲੀਆਂ ਸਨ, ਤੇ ਇਹਦੇ ਵਿੱਚ ਮੈਂ ਵਾਚ ਆਊਟ ਸੌਂਗ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਉਹ ਆਲਰੇਡੀ ਲੀਕਡ ਸੌਂਗ ਸੀ, ਬਟ ਇਹ ਫਰੈਸ਼ ਸੌਂਗ ਹੈਗਾ, ਵਾਈਬ ਦੋਨਾਂ ਦੀ ਸੇਮ ਹੀ ਹੈ। ਗਾਣੇ ਦੀ ਲਿਰਿਕਸ ਦਾ ਅਗਰ ਆਪਾਂ ਬ੍ਰੇਕ ਡਾਊਨ ਕਰ ਲਈਏ ਤੇ ਗਾਣੇ ਦੀ ਲਿਰਿਕਸ ਦੋ ਜਣਿਆਂ ਦੇ ਵਿੱਚ ਕਨਵਰਸੇਸ਼ਨ ਟਾਈਪ ਦੇ ਹੈਗੇ ਨੇ, ਯਾਨੀ ਕਿ ਸਿੱਧੂ ਬਾਈ ਇੱਕ ਕਲੱਬ ਦੇ ਵਿੱਚ ਐਂਟਰੀ ਕਰਦੇ ਨੇ ਤੇ ਅੱਗੇ ਉਹਨਾਂ ਦੀ ਕੋਈ ਐਕਸ ਜਾਂ ਰੈਂਡਮ ਲੇਡੀ ਉਹਨਾਂ ਦੇ ਕੋਲ ਸਵਾਲ ਪੁੱਛਦੀ ਤੇ ਸਿੱਧੂ ਬਾਈ ਉਹਨਾਂ ਨੂੰ ਜਵਾਬ ਦਿੰਦੇ ਨੇ। ਜਿਵੇਂ ਕਿ ਗਾਣੇ ਦੀ ਪਹਿਲੀ ਵਰਸ ਦੀ ਲਾਈਨ ਹੈਗੀ ਜਿਹਦੇ ਸਿੱਧੂ ਮੂਸੇਵਾਲੇ ਬਾਈ ਨੇ ਲਿਖਿਆ ਲੇਡੀ ਦੇ ਵੱਲੋਂ ਪੁੱਛੇ ਜਾਣ ਵਾਲੇ ਸਵਾਲ ਦੇ ਬਾਰੇ, ਜਿਹਦੇ ਚੋਂ ਕਹਿੰਦੀ ਜੱਟਾ ਵੇ ਜੱਟਾ ਕਿਵੇਂ ਆ ਕੀ ਕਰਦਾ ਕਲੱਬ 'ਚ, ਜੱਟਾ ਵੇ ਜੱਟਾ ਕਿਵੇਂ ਆ ਕੀ ਕਰਦਾ ਕਲੱਬ 'ਚ, ਕਦੋਂ ਆਇਆ ਜੇਲੋਂ ਤੇ ਹੁਣ ਕਿਹੜੇ ਜੱਬ 'ਚ, ਕਦੋਂ ਆਇਆ ਜੇਲ ਚੋਟੇ ਹੁਣ ਕਿਹੜੇ ਜੱਬ 'ਚ, ਕੀ ਆ ਤੇ ਦਿਲ 'ਚ ਤੇ ਕੀ ਆ ਤੇਰੇ ਡੱਬ 'ਚ, ਇਸ ਟਾਈਪ ਦੀਆਂ ਵਰਡਿੰਗ ਉਹਨਾਂ ਦੇ ਦਰਮਿਆਨ ਕਨਵਰਸੇਸ਼ਨ ਸਟਾਰਟ ਹੋ ਜਾਂਦੀ, ਕੀ ਆ ਤੇਰੇ ਦਿਲ 'ਚ ਤੇ ਕੀ ਆ ਤੇਰੇ ਡੱਬ 'ਚ। ਇਹ ਸਾਰੇ ਸਿਨੈਰੀਓ ਦੀ ਆਪਾਂ ਅਗਰ ਡਿਟੇਲ ਡਿਸਕਸ਼ਨ ਕਰ ਲਈਏ, ਜਿਵੇਂ ਕਿ ਇੱਕ ਬੰਦਾ ਜੇਲ ਦੇ ਵਿੱਚੋਂ ਰੀਸੈਂਟਲੀ ਬੇਲ ਤੇ ਆਇਆ ਹੁੰਦਾ, ਉਹਦੇ ਕੁਝ ਵੈਰੀ ਕਲੱਬ ਦੇ ਵਿੱਚ ਆਉਂਦੇ ਨੇ, ਉਹਨਾਂ ਨੂੰ ਠੋਕਣ ਵਾਸਤੇ ਗਿਆ ਹੁੰਦਾ, ਤਾਂ ਉੱਥੇ ਅਚਾਨਕ ਉਹਨਾਂ ਨੂੰ ਕੋਈ ਰੈਂਡਮ ਉਹਨਾਂ ਦੀ ਐਕਸ ਜਾਂ ਰੇਡੀ ਮਿਲ ਜਾਂਦੀ, ਉਹਦੇ ਕੋਲ ਸਵਾਲ ਪੁੱਛਦੀ। ਸਿੱਧੂ ਬਾਈ ਦੇ ਇਰਾਦੇ ਵੀ ਖਤਰਨਾਕ ਹੁੰਦੇ ਨੇ ਕਿਉਂਕਿ ਉਹਨਾਂ ਦੇ ਡੱਬ ਦੇ ਨਾਲ ਟੂਲ ਲੱਗਾ ਹੁੰਦਾ, ਉਹਨਾਂ ਨੇ ਉਹ ਬੰਦਿਆਂ ਨੂੰ ਠੋਕਣ ਵਾਸਤੇ ਹੀ ਉਸ ਕਲੱਬ ਵਿੱਚ ਐਂਟਰੀ ਕੀਤੀ ਹੁੰਦੀ। ਐਵੇਂ ਹੀ ਗਾਣੇ ਦੇ ਵਿੱਚ ਲਿਰਿਕਸ ਸਟਾਰਟ ਰਹਿੰਦੇ, ਫਿਰ ਸਿੱਧੂ ਬਾਈ ਦਾ ਜਵਾਬ ਆਉਂਦਾ ਜਦੋਂ ਲਿਰਿਕਸ ਦੇ ਦੌਰਾਨ ਕੁੜੀ ਉਹਨਾਂ ਦੇ ਨਾਲ ਫਲਰਟ ਕਰਨ ਲੱਗ ਜਾਂਦੀ, ਤਾਂ ਉਹ ਕਹਿੰਦੇ ਨੇ ਕਿ ਮੈਂ ਚੀਜ਼ਾਂ ਵਾਂਗ ਆਵੇਂ ਡੈਡ ਬੋਡੀਆਂ ਨੂੰ ਨੋਚਦਾ, ਚੀਲਾ ਵਾਂਗੂ ਨੋਚਦਾ ਮੈਂ ਭਾਵੇਂ ਡੈਡ ਬੋਡੀਆਂ, ਪਰ ਮੈਨੂੰ ਜ਼ਿੰਦਾ ਜਿਸਮਾਂ ਦੀ ਭੁੱਖ ਨਹੀਂ ਹੈਗੀ, ਐਵੇਂ ਕਰਕੇ ਉਹਨੂੰ ਟਾਲ ਦਿੰਦੇ ਨੇ, ਪਰ ਜ਼ਿੰਦਾ ਜਿਸਮਾਂ ਦੀ ਭੁੱਖ ਨਹੀਂ ਹੋਵੇ ਇਸ ਜੱਟ ਨੂੰ, ਉਹ ਕਹਿੰਦੇ ਨੇ ਕਿ ਮੇਰੇ ਦਿਮਾਗ 'ਚ ਸਿਰਫ ਵੈਰੀਆਂ ਨੂੰ ਠੋਕਣ ਦਾ ਤੇ ਉਹਨਾਂ ਉੱਪਰ ਰਿਵੈਂਜ ਲੈਣ ਦਾ ਇਰਾਦਾ ਹੈਗਾ, ਤੇ ਮੇਰੇ ਦਿਲ 'ਚ ਪਿਆਰ ਲਈ ਧੋਖਾ ਹੈਗਾ, ਤੇ ਤੇਰੇ ਕੋਲ ਵੀ ਬਚਣ ਦਾ ਮੌਕਾ ਹੈਗਾ, ਤੇ ਐਵੇਂ ਦੀ ਰਾਈਮਿੰਗ ਹੋ ਜਾਂਦੀ। ਬਚ ਜਾ
ਤੂੰ ਬਚ ਜਾਲੀ ਤੇਰੇ ਕੋਲੇ ਮੌਕਾ ਆ ਫਿਰ ਉਹ ਲੇਡੀ ਦੇ ਸਾਈਡ ਤੇ ਲਿਰਿਕਸ ਆਉਂਦੇ ਨੇ ਕਿ ਮੇਰੇ ਨਾਲ ਸਾਈਡ ਤੇ ਚੱਲ ਸਾਈਡ ਤੇ ਤੂੰ ਮੇਰੇ ਨਾਲ ਚੱਲ ਵੇ ਮੇਰੇ ਵਰਗੀ ਰਨ ਸੰਭਾਲਦਾ ਇਹਨਾਂ ਲੰਡੂਆਂ ਦਾ ਕੰਮ ਨਹੀਂ ਹੈਗਾ ਰਨ ਇਹ ਸਾਂਭਣੀ ਲੰਡੂਆਂ ਦੇ ਵਸ ਨਾ ਕਾਸ਼ ਕਿ ਇਹ ਸੌਂਗ ਨੂੰ ਗੁਰਲੇਜ ਅਖਤਰ ਦੇ ਨਾਲ ਡੂਟ ਕਰਕੇ ਬਣਾਇਆ ਹੁੰਦਾ ਫਿਰ ਗਾਣੇ ਨੂੰ ਸੁਣਨ ਦਾ ਬਹੁਤ ਹੀ ਮਜ਼ਾ ਆਉਣਾ ਸੀ ਜਿਵੇਂ ਸੁੱਖੇ ਦਾ ਆਰਟਿਸਟ ਦਾ ਸੁਣਨ ਦਾ ਲੋਕਾਂ ਨੂੰ ਅੱਜ ਕੱਲ੍ਹ ਮਜ਼ਾ ਆ ਰਿਹਾ ਮਾਰਾ ਦਬਕਾ ਮੋੜ ਤੇ ਖੜ ਕੇ ਨੀ ਬਟ ਸਿੱਧੂ ਬਾਈ ਦੇ ਵਾਸਟ ਵੀ ਇਹ ਬਹੁਤ ਹੀ ਹਾਈ ਐਂਡ ਹੈਗਾ ਦੱਸ ਦੇ ਕੋਈ ਹੱਲ ਵੇ ਬੱਸੋਂ ਬਾਰੇ ਗੱਲ ਵੇ ਬਹੁਤ ਹੀ ਅਸਥੈਟਿਕ ਵੇ ਦੇ ਵਿੱਚ ਸਿੱਧੂ ਬਾਈ ਨੇ ਇਹ ਪੋਇਟਰੀ ਨੂੰ ਤੇ ਕਨਵਰਸੇਸ਼ਨ ਨੂੰ ਚਲਾਇਆ ਉਹ ਤੋਂ ਬਾਅਦ ਏ ਆਰ ਪੀ ਜੀ ਦੀ ਵਰਸ ਆ ਜਾਂਦੀ ਜੋ ਕਿ ਫੁੱਲੀ ਇੰਗਲਿਸ਼ ਵਰਸ ਹੈ ਉਹ ਇੰਗਲਿਸ਼ ਵਰਸ ਨੂੰ ਪੰਜਾਬੀ ਇੰਜ ਇਗਨੋਰ ਕਰੋ ਜਿਵੇਂ ਤੁਸੀਂ ਅੱਜ ਅਰਜਨ ਢਿੱਲੋਂ ਬਾਈ ਦੀ ਐਲਬਮ ਨੂੰ ਇਗਨੋਰ ਕਰਕੇ ਸਿੱਧੂ ਬਾਈ ਦੇ ਗਾਣੇ ਤੇ ਚਲੇ ਗਏ ਜੇ ਯਾਰ ਜੋਕਸ ਅਪਾਰਟ ਅਰਜਨ ਢਿੱਲੋਂ ਬਾਈ ਦੀ ਐਲਬਮ ਚੋਪਰ ਵੀ ਬਹੁਤ ਕੈਂਟ ਸਿੱਧੂ ਬਾਈ ਉਹ ਲੇਡੀ ਨੂੰ ਰਿਪਲਾਈ ਦਿੰਦੇ ਨੇ ਨੇੜੇ ਮੇਰੇ ਲੱਗਣਾ ਮੇਰੇ ਤੋਂ ਥੋੜਾ ਗੈਪ ਤੇ ਮੈਂ ਤੈਨੂੰ ਇੰਸਟਾ ਤੇ ਸਨੈਪ ਤੇ ਵੀ ਨੀ ਲੱਭਣਾ ਲੋਕ ਹੀ ਗੈਂਗਸਟਰ ਹਮੇਸ਼ਾ ਸੋਸ਼ਲ ਮੀਡੀਆ ਤੋਂ ਥੋੜੇ ਅੰਡਰਗਰਾਊਂਡ ਹੋ ਕੇ ਰਹਿੰਦੇ ਨੇ ਉਹ ਤੁਹਾਨੂੰ ਕਿਸੇ ਵੀ ਸੋਸ਼ਲ ਐਡਰੈਸ ਤੇ ਨਹੀਂ ਮਿਲਦੇ ਸੋ ਸਿੱਧੂ ਬਾਈ ਉਸ ਹਿਸਾਬ ਨਾਲ ਉਹ ਗੱਲ ਨੂੰ ਐਕਸਪਲੇਨ ਕਰ ਰਹੇ ਨੇ ਐਂਡ ਤੇ ਸਿੱਧੂ ਮੂਸੇਵਾਲਾ ਬਾਈ ਆਪਣੇ ਐਨੀਮੀਜ਼ ਦੇ ਬਾਰੇ ਗੱਲ ਕਰਦੇ ਨੇ ਜਿਹਦੇ ਸਿੱਧੂ ਮੂਸੇਵਾਲਾ ਬਾਈ ਡਿਜ਼ਾਈਨ ਆਉਂਦੀ ਕਿ ਡੱਲਾ ਇੱਕ ਮਾਰਨਾ ਮੈਂ ਅੱਜ ਤੇਰੇ ਸਾਹਮਣੇ ਜਿੱਥੋਂ ਕਿ ਆਪਣੇ ਵੈਰੀ ਨੂੰ ਇੰਡੀਕੇਟ ਕਰ ਰਹੇ ਨੇ ਕਿ ਮੈਂ ਆਪਣੇ ਕਿਸੇ ਦੁਸ਼ਮਣ ਨੂੰ ਮਾਰ ਦੇਣਾ ਡੱਲਾ ਇੱਕ ਮਾਰਨਾ ਅੱਜ ਤੇਰੇ ਸਾਹਮਣੇ ਕਹਿੰਦੇ ਨੇ ਕਿ ਕਲੱਬ ਤੋਂ ਬਾਹਰ ਮੇਰੀ ਬਿਨਾਂ ਨੰਬਰ ਤੋਂ ਵਿਪ ਖਲੋਤੀ ਆ ਤੇ ਵੈਰੀ ਮੇਰੇ ਰਿਪ ਆ ਬਾਹਰ ਬਿਨਾਂ ਨੰਬਰ ਤੋਂ ਖੜੀ ਮੇਰੀ ਵਿਪ ਆ ਤੇ ਵੈਰੀ ਮੇਰਾ ਰਿਪ ਆ ਯਾਨੀ ਕਿ ਬਿਨਾਂ ਨੰਬਰ ਪਲੇਟ ਤੋਂ ਉਹਨਾਂ ਦੀ ਗੱਡੀ ਬਾਹਰ ਕਲੱਬ ਦੇ ਖਲੋਤੀ ਤੇ ਉਹਨਾਂ ਨੇ ਆਪਣੇ ਵੈਰੀਆਂ ਨੂੰ ਖਤਮ ਕਰਤਾ ਹੋਇਆ ਵੈਰੀ ਆ ਦਿਮਾਗ ਚ ਤੇ ਦਿੱਲੀ ਮੇਰੇ ਧੋਖਾ ਆ ਅਗਰ ਕਾਸ਼ ਤੇ ਸਿੱਧੂ ਬਾਈ ਜ਼ਿੰਦਾ ਹੁੰਦੇ ਤੇ ਇਹ ਵੀਡੀਓ ਬਣਾ ਕੇ ਸੌਂਗ ਨੂੰ ਰਿਲੀਜ਼ ਕੀਤਾ ਜਾਂਦਾ ਤੇ ਇਹ ਜੋ ਕੁਝ ਐਕਸਪਲੇਨ ਕੀਤਾ ਲਿਰਿਕਸ ਦੇ ਵਿੱਚ ਇਹ ਸਭ ਚੀਜ਼ਾਂ ਤੁਹਾਨੂੰ ਵੀਡੀਓ ਦੇ ਵਿੱਚ ਵੇਖਣ ਨੂੰ ਮਿਲਦੀਆਂ ਸਨ ਤੇ ਸਿੱਧੂ ਬਾਈ ਨੇ ਬੜਾ ਗੈਂਗਸਟਰ ਵਾਈਬ ਦੇ ਕੇ ਜਿਵੇਂ ਡਾਰਕ ਲਵ ਸੌਂਗ ਹੈਗਾ ਸੀ ਉਸ ਟਾਈਪ ਦਾ ਟੱਚ ਦੇ ਕੇ ਵੀਡੀਓ ਬਣਾਉਣੀ ਸੀ ਬਟ ਜੋ ਵੀ ਹੈ ਐਟ ਦੀ ਐਂਡ ਗਾਣਾ ਬਹੁਤ ਹੀ ਕੈਂਟ ਹੈ ਨਜ਼ਾਰੇ ਕਰਾ ਰਿਹਾ ਫੁੱਲ ਟਾਈਮ ਇਹਦੀ ਵਾਈਬ ਇਹਦੀ એનર્ਜੀ ਬਹੁਤ ਹੀ ਡਿਫਰੈਂਟ ਹੈਗੀ ਸਿੱਧੂ ਬਾਈ ਦੇ ਜਿਹੜੇ ਪ੍ਰੀਵੀਅਸ ਰਿਲੀਜ਼ ਹੈਗੇ ਨੇ ਉਹਨਾਂ ਦੇ ਡਿਮਾਈਜ਼ ਤੋਂ ਬਾਅਦ ਉਹ ਸੌਂਗਸ ਦੇ ਨਿਸਬਤ ਲਾਈਫ ਹੀ ਅੱਜ ਕੱਲ ਵੇ ਭਰੋਸਾ ਕੀ ਹੈ ਸਾਰੀ ਦਾ ਇੰਸਟਾਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਅੱਜ ਹੈ ਮਿਲਨੇ ਆਪਾਂ ਕਿਸ ਗੱਲ ਹੋ ਗਈ ਜਿਹੜੀ ਇਹਨੇ ਮੈਨੂੰ ਪਹਿਲਾਂ ਯਾਰ ਐਂ ਨਾ ਕਰਿਆ ਕਰੋ ਰਿਪਲਾਈ ਦਿੱਤਾ ਕਿ ਜੇ ਰਿਪਲਾਈ ਦਿੱਤਾ ਹੁੰਦਾ ਅਸੀਂ ਵੀ ਇੰਨਾ ਧਿਆਨ ਨਾਲ ਤਾਂ ਸੁਣਦੇ ਹਾਂ ਬਾਈ ਸਿੱਧੂ ਬਾਈ ਦੇ ਗਾਣਿਆਂ ਨੂੰ ਪਤਾ ਲੱਗ ਜਾਂਦਾ ਯਾਰ ਵੀ ਸਿੱਧੂ ਬਾਈ ਨਾਲੇ ਸਿੱਧੂ ਬਾਈ ਕਦੇ ਵੀ ਇੱਦਾਂ ਡਬਲ ਮੀਨਿੰਗ ਜਾਂ ਰਿਪਲਾਈ ਨਹੀਂ ਦਿੰਦਾ ਹੁੰਦਾ ਜਦੋਂ ਸਿੱਧਾ ਜਿਹਨੂੰ ਰਿਪਲਾਈ ਕਰਦਾ ਸਾਫ ਪਤਾ ਲੱਗਦਾ ਇਹਨੂੰ ਇਹਦੀ ਮੰਜੀ ਠੋਕੀ ਗਈ ਹੈ ਸਿੱਧੀ ਠੋਕੀ ਗਈ ਹੈ ਯਾਰ ਆਹ ਗੱਲ ਨਾ ਕਰਿਆ ਕਰੋ ਯਾਰ ਵਿਊਜ਼ ਲਈ ਸਿਰਫ ਹੈ ਨਾ ਚਲੋ ਸਹੀ ਹੈ ਬਾਕੀ ਬੰਦੇ ਨੇ ਬਾਕੀ ਜਿਹੜੀਆਂ ਗੱਲਾਂ ਕੀਤੀਆਂ ਉਹ ਠੀਕ ਕੀਤੀਆਂ ਵਧੀਆ ਨੇ ਹਨਾ ਬਾਕੀ ਬੰਦੇ ਨੇ ਗੱਲਾਂ ਸਹੀ ਕੀਤੀਆਂ ਸਟ੍ਰੀਮਿੰਗ ਕਰੋ ਵੱਧ ਤੋਂ ਵੱਧ ਹੈ ਨਾ ਅਰਜਨ ਢਿੱਲੋਂ ਬਾਈ ਦੀ ਐਲਬਮ ਨੂੰ ਵੀ ਸੁਣੋ ਜਾ ਕੇ ਹੈ ਨਾ ਇਹ ਚੀਜ਼ਾਂ ਵਧੀਆ ਗੱਲਾਂ ਕੀਤੀਆਂ ਬੰਦੇ ਨੇ ਬਈ ਜਿਹੜੀਆਂ ਠੀਕ ਆ ਪਰ ਮੇਨ ਮੋਟਿਵ ਜਿਹੜਾ ਰੱਖਿਆ ਹੋਇਆ ਵੀਡੀਓ ਦਾ ਕਿ ਗਾਣੇ 'ਚ ਰਿਪਲਾਈ ਕੀਤਾ ਕਿਹਨੂੰ ਕੀਤਾ
ਪਤਾ ਲੱਗ ਸਕੇ ਮਿਲਦੇ ਅਗਲੀ ਵੀਡੀਓ